ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਇੱਕ ਗਲਤ ਕੰਮ ਦਾ ਪਰਦਾ ਫਾਸ਼ ਹੋਇਆ। ਦੱਸ ਦਈਏ ਕਿ ਇੱਕ ਵਕੀਲ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਟਿੰਗ ਆਪਰੇਸ਼ਨ ਕੀਤਾ ਗਿਆ, ਜਿੱਥੇ ਕਿ 4 ਲੜਕੀਆਂ ਅਤੇ 1 ਲੜਕੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਤਾਂ ਦੱਸ ਦਈਏ ਕਿ ਵਕੀਲ ਦੇ ਦਫ਼ਤਰ ਦੇ ਉੱਪਰ ਇਹ ਸਪਾ ਸੈਂਟਰ ਚੱਲ ਰਿਹਾ ਸੀ, ਲਗਾਤਾਰ ਉੱਥੇ ਨੌਜਵਾਨ ਗੇੜੇ ਮਾਰਦੇ ਰਹਿੰਦੇ ਸੀ, ਜਿਸ ਤੋਂ ਦੁਖੀ ਹੋਏ ਇੱਕ ਵਕੀਲ ਨੇ ਆਪਣੇ ਸਾਥੀਆਂ ਦੇ ਨਾਲ ਜਦੋਂ ਮਿਲ ਕੇ ਇੱਕ ਸਟਿੰਗ ਆਪਰੇਸ਼ਨ ਕੀਤਾ ਤਾਂ ਸੱਚਾਈ ਜਾਣ ਕੇ ਉਸ ਵਕੀਲ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਸਪਾ ਸੈਂਟਰ ਦੇ ਨਾਂ 'ਤੇ ਇੱਕ ਗਲਤ ਕੰਮ ਦਾ ਧੰਦਾ ਜੋ ਹੈ ਇਸ ਸਪਾ ਸੈਂਟਰ ਦੇ ਵਿੱਚ ਚਲਾਇਆ ਜਾ ਰਿਹਾ ਸੀ। ਹਾਲਾਂਕਿ ਉਸ ਵਕੀਲ ਦਾ ਕਹਿਣਾ ਹੈ, ਜਦੋਂ ਉਸ ਵਕੀਲ ਨੇ ਆਪਣੇ ਕਿਸੇ ਖਾਸ ਬੰਦੇ ਨੂੰ ਸਟਿੰਗ ਆਪਰੇਸ਼ਨ ਕਰਨ ਦੇ ਲਈ ਭੇਜਿਆ ਤਾਂ ਉੱਪਰ ਜਾ ਕੇ ਜਦੋਂ ਉਸਨੂੰ ਗੱਲਾਂ ਦੇ ਔਫਰ ਦਿੱਤੇ ਗਏ ਤਾਂ ਇਹ ਸੁਣ ਕੇ ਉਸਦੇ ਵੀ ਇੱਕ ਵਾਰ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਹਾਲਾਂਕਿ ਮੌਕੇ ਦੇ ਉੱਤੇ ਹੀ ਵਕੀਲ ਨੇ ਜਦੋਂ ਆਪਣੇ ਸਾਥੀਆਂ ਦੇ ਨਾਲ ਰੇਡ ਕੀਤੀ ਤਾਂ ਸਾਰਾ ਪਰਦਾ ਫਾਸ਼ ਹੋ ਗਿਆ, ਜਿਸ ਦੇ ਵਿੱਚ ਲੜਕੀਆਂ ਨੇ ਖੁਦ ਮੰਨਿਆ ਕਿ ਉਹ ਇੱਥੇ ਮਸਾਜ ਸੈਂਟਰ ਦੀ ਆੜ ਦੇ ਵਿੱਚ ਗਲਤ ਕੰਮ ਕਰਦੇ ਨੇ। ਹਾਲਾਂਕਿ ਉਹਨਾਂ ਨੂੰ ਜਬਰਨ ਇੱਥੇ ਰੱਖਿਆ ਗਿਆ। ਤਾਂ ਦੱਸ ਦਈਏ ਕਿ ਖਰੜ ਦੇ ਸੰਨੀ ਇਨਕਲੇਵ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਇੱਕ ਗਲਤ ਕੰਮ ਕੀਤਾ ਜਾ ਰਿਹਾ ਸੀ ਅਤੇ ਹੁਣ ਇੱਕ ਵਕੀਲ ਨੇ ਇਸਦਾ ਸਟਿੰਗ ਆਪਰੇਸ਼ਨ ਕਰਕੇ ਸਾਰਾ ਪਰਦਾ ਫਾਸ਼ ਕਰ ਦਿੱਤਾ। ਹਾਲਾਂਕਿ ਵਕੀਲ ਦਾ ਕਹਿਣਾ ਹੈ ਕਿ ਉਸਨੇ ਪੁਲਿਸ ਨੂੰ ਵੀ ਫੋਨ ਕੀਤਾ, ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਇੱਥੇ ਨਹੀਂ ਪਹੁੰਚੀ। ਹਾਲਾਂਕਿ ਜਦੋਂ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ ਤਾਂ ਕਿਹਾ ਗਿਆ ਕਿ ਇਹ ਏਰੀਆ ਉਹਨਾਂ ਦੇ ਅੰਡਰ ਨਹੀਂ ਆਉਂਦਾ, ਜਿਸ ਤੋਂ ਬਾਅਦ ਦੂਸਰੇ ਪੁਲਿਸ ਮੁਲਾਜ਼ਮ ਨੂੰ ਫੋਨ ਕੀਤਾ ਗਿਆ ਅਤੇ ਹਾਲੇ ਤੱਕ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਉੱਥੇ ਨਹੀਂ ਸੀ ਪਹੁੰਚੇ। ਕਿਆ ਨਾਮ ਹੈ ਮੈਮ ਆਪਕਾ? ਕਹਾਂ ਕਹਾਂ ਸੇ ਆਪ? ਮੈਂ ਚੰਡੀਗੜ੍ਹ ਸੇ। ਅੱਛਾ ਜੀ, ਤੋ ਯਹਾਂ ਅੱਜ ਕਿਆ ਹੋਆ ਜੋ ਪੁਲਿਸ ਆਈ ਹੈ ਯਹਾਂ ਪੇ? ਪਤਾ ਨਹੀਂ ਸਰ, ਅੰਦਰ ਕੀ ਬਾਤ ਸੀ। ਆਪ ਕਿਆ ਕਰਤੇ ਹੈਂ? ਮੈਂ ਐਜ਼ ਅ ਰਿਸੈਪਸ਼ਨਿਸਟ ਵਰਕ ਕਰਤੀ ਹੂੰ, ਮੇਰਾ ਕਾਮ ਪੈਸੇ ਕੱਢਨੇ ਕਾ ਹੈ ਔਰ ਐਜ਼ ਅ ਕਲਾਇੰਟ ਕੋ ਹੈਂਡਲ ਕਰਨਾ ਹੈ। ਅੱਛਾ ਜੀ। ਕਾਲਸ ਵਗੈਰਾ ਕਰਕੇ ਉਨਕੋ ਬੁਲਾਨਾ ਕਾਮ ਹੈ ਮੇਰਾ ਔਰ ਜੋ ਪੇਮੈਂਟ ਰਹਤੀ ਹੈ ਉਨਸੇ ਡੀਲ ਕਰਨਾ ਹੈ। ਕਿਤਨੀ ਦੇਰ ਹੋ ਗਈ ਆਪਕੋ ਯਹਾਂ ਕਾਮ ਕਰਤੇ ਹੋ? 6 ਮਹੀਨੇ ਹੋ। 6 ਮਹੀਨੇ ਹੋ ਗਏ। ਕਿਤਨੀ ਸੈਲਰੀ ਮਿਲਤੀ ਹੈ? ਮੇਰੀ 19 ਹੈ। 20। ਹਾਂਜੀ। ਤੋ ਮਤਲਬ ਯਹਾਂ ਪੇ ਜੋ ਇਹ ਅਲਾਊਡ ਹੈ ਜੈਸੇ ਜੇ ਕਰਤੇ ਹੈ ਜੇ ਮਤਲਬ ਜੈਸੇ ਜੈਂਟਸ ਲੈ ਕੇ ਆਪ ਕਰ ਰਹੇ ਹੈ ਮਸਾਜ? ਯਾ ਸਰ ਨੇ ਬੋਲਾ ਥਾ ਅਲਾਊਡ ਹੈ, ਦੈਟਸ ਵਾਈ ਆਈ ਐਮ ਹੇਅਰ। ਕੋਈ ਲਿਖਤੀ ਮੈਂ ਕੋਈ ਪਰਮਿਸ਼ਨ ਹੈ ਕੋਈ ਆਪਕੋ ਲਾਇਸੈਂਸ ਮਿਲਾ ਹੋਗਾ ਕੁਛ? ਉਹਨੇ ਬੋਲਾ ਥਾ ਕਿ ਅਲਾਊਡ ਹੈ ਤਭੀ ਮੈਂ ਯਹਾਂ ਪੇ ਹੂੰ। ਓਕੇ। ਕਿਉਂਕਿ ਹਮਨੇ ਪਹਿਲੇ ਉਨਸੇ ਪੁੱਛਾ ਥਾ ਕਿ ਲਾਇਸੈਂਸ ਵਗੈਰਾ ਹੈ ਆਪਕੇ? ਪਹਿਲੇ ਆਪ ਯਹੀਂ ਸੇ ਕਰ ਰਹੇ ਹੈ ਜੌਬ ਕਿ ਪਹਿਲੇ ਕਹੀਂ ਔਰ ਵੀ ਕਰਤੇ? ਨਹੀਂ ਨਹੀਂ, ਪਹਿਲੇ ਮੈਂ ਐਜ਼ ਅ ਐਚਆਰ ਕਰਤੀ ਥੀ ਕੰਸਲਟੈਂਟ ਮੇ, ਲੇਕਿਨ ਵਹਾਂ ਪੇ ਸੈਲਰੀ ਵਗੈਰਾ ਕਮ ਥੀ, ਦੈਟਸ ਵਾਈ ਮੈਂ ਯਹਾਂ ਪੇ ਆਈ। ਠੀਕ ਹੈ। ਆਪ ਨਹੀਂ ਕਰਤੇ ਮਸਾਜ? ਨਹੀਂ, ਮੈਂ ਬਿਲਕੁਲ ਨਹੀਂ ਕਰਤੀ। ਆਪਕੇ ਪਾਸ ਆਪ ਚੈੱਕ ਕਰ ਸਕਤੇ ਕੈਮਰਾ ਵਗੈਰਾ, ਮੈਂ ਨਹੀਂ ਕਰਤੀ। ਠੀਕ ਹੈ। ਮੇਰੇ ਕੋ 6 ਮੰਥ ਹੋ ਗਏ ਹੈ ਐਂਡ ਮੈਂ ਕਭੀ ਨਹੀਂ ਕਰਤੀ। ਠੀਕ ਹੈ, ਚਲੋ। ਆਈ ਵਾਸ ਹੇਅਰ ਫॉर ਅ ਮਸਾਜ ਐਂਡ ਦੇ ਵਰ ਆਸਕਿੰਗ ਫॉर ਅਦਰ ਸਰਵਿਸਿਜ਼ ਟੂ, ਸੋ ਪਲੀਜ਼ ਡਿਸਕਰਾਈਬ ਦ ਸਰਵਿਸਿਜ਼। ਆਬਵੀਅਸਲੀ ਦੇ ਵਰ ਅਬਾਊਟ ਸਰਵਿਸਿਜ਼। ਪੂਰਾ ਦੱਸ ਉਹਨੇ ਕੀ ਪੁੱਛਿਆ ਤੁਹਾਨੂੰ ਦੋਨੇ ਨੂੰ? ਵੈਨ ਹੀ ਕੇਮ ਇਨ I came here for massage, but the staff here asked me for other services like That's it, please let me go, sir. Did you take service? No, I didn't. How did you get the massage? Massage I paid $1,100, sir. How did you get the massage here? I just got to know about this from a friend, sir. What friend? Like, this is your name? Like, if you want to get like services here, so you can go to that massage in this area. So, what are you doing? I'm just here for ਜੇ ਤੂੰ ਉਹ ਸੁਣ ਕੇ ਤੇ ਆਦੇ ਤੇ ਕਰਨ ਗਿਆ ਸੀ ਫਿਰ? He told me about that, but I am just here for massage. That's it. I did. ਪੂਰਾ ਨਾਮ ਕੀ ਹੈ? Please sir, please. ਤੇਰਾ ਪੂਰਾ ਨਾਮ ਕੀ ਹੈ? Sir, my life will be ruined, sir. ਤੇਰਾ ਪੂਰਾ ਨਾਮ ਕੀ ਹੈ? Please sir. ਤੇਰਾ ਪੂਰਾ ਨਾਮ ਕੀ ਹੈ? ਹਾਂ? Yes.
Yes, sir. ठीक है, उम्र? 21 years, sir. Photo ID? Photo ID, I don't have. What kind of photo ID are you asking for? College ID? कुछ भी दे, photo ID, आधार कार्ड, driver license, college ID, कितना? Yes, sir, that would be everything. कितना आया तू? मैंने क्या पता कौन है कौन नहीं है? Sir. दे photo ID. I don't have photo ID. What kind of photo ID I can give you from my phone? Anything. Like any government issue ID. Like, why would I give that to you? Why, please, sir? Huh? Why would I give that to you, please? Nah, they will pull some money back. Uncle, please. I am an official. Government official. I know you, my friend. You don't give it to me. ਬਾਈ ਜੀ, ਮੇਰਾ ਨਾਂ ਐਡਵੋਕੇਟ ਪਿਊਸ਼ ਜੈਨਾ ਜੀ, ਮੇਰਾ ਆਫਿਸ ਤਾਂ ਬਿਲਕੁਲ ਥੱਲੇ ਫਸਟ ਫਲੋਰ 'ਤੇ ਹੈ, ਜਿਊਰੀ ਨੈਕਸਾ ਗਲੋਬਲ ਲੀਗਲ ਐਂਡ ਐਸੋਸੀਏਟਸ ਪ੍ਰਾਈਵੇਟ ਲਿਮਿਟਡ. ਸਾਡੇ 8 ਜਣੇ ਦੀ ਐਡਵੋਕੇਟ ਦੀ ਟੀਮ ਹੈ. ਅਸੀਂ ਬਹੁਤ ਪਰੇਸ਼ਾਨ ਹਾਂ ਉੱਤੇ ਸਪਾਹ ਦੇ ਨਾਂ 'ਤੇ, ਗੈਰ ਕਾਨੂੰਨੀ ਹਰ ਕੰਮ ਕਰਦੇ ਆ, ਅਵੈਧ ਧੰਦੇ ਚੱਲਦੇ ਆ, ਦੋ ਬੰਦੇ ਦੇ ਉੱਪਰ ਥੱਲੇ, ਕਦੇ ਬਾਹਰ ਕਦੇ ਅੰਦਰ, ਕਦੇ ਦਿਨ 'ਚ 100 ਬੰਦਾ ਚੜ੍ਹਦਾ 100 ਬੰਦਾ ਲਹਿੰਦਾ, ਤਾਂ ਕਰਦਾ ਇਹਨਾਂ ਦੇ ਭੁਲੇਖੇ ਜਾਂਦਾ, ਸਾਡੇ ਬੰਦੇ ਵੜ ਜਾਂਦੇ ਪੁੱਛਣਾ ਇਹਦੀ ਸਪਾਹ ਇੱਥੇ ਮਿਲਦੀ, ਸਪਾਹ ਇੱਥੇ ਮਿਲਦੀ ਹੈ ਜੀ. ਅਤੇ ਅੱਜ ਅਸੀਂ ਆਪਣਾ ਬੰਦਾ, ਸਾਡਾ ਇੱਕ ਲੀਗਲ ਅਸਿਸਟੈਂਟ ਆ, ਉਹਨੂੰ ਅਸੀਂ ਉੱਪਰ ਭੇਜਿਆ ਕਿ ਵੀ ਜਾ ਵੇਖ ਕੇ ਆ ਵੀ ਹੁੰਦਾ ਕੀ ਆ, ਵੀ ਇੰਨਾ ਬੰਦਾ ਚੜ੍ਹਦਾ ਇੰਨਾ ਬੰਦਾ ਲਹਿੰਦਾ, ਨਾਲੇ ਜਾ ਕੇ ਜੇ ਵਾਕਿਆ ਤੇਰੀ ਪਿੱਠ ਪੁੱਟ ਸਰੀਰ ਦੁਖਦਾ ਸੀ ਮੁੰਡੇ ਦਾ, ਪਰਸੋਂ ਨਾਈਟ ਵਿਚਾਰੀ ਲੱਗੀ ਸੀ, ਕੰਮ ਬਹੁਤ ਸੀ, ਅਤੇ ਅਸੀਂ ਭੇਜਿਆ ਕਿ ਵੀ ਜਾ ਮਾੜਾ ਜਿਹਾ ਰਿਲੈਕਸੇਸ਼ਨ ਮਿਲ ਜੂਗੀ. ਮੁੰਡਾ ਗਿਆ ਜੀ, ਉੱਥੇ ਇਹਨੇ ਫੀਸ ਪੇ ਕੀਤੀ ਹੈ 1000 rupees ਸਪਾਹ ਦੀ. ਮੁੜ ਕੇ ਇਹਨਾਂ ਨੇ ਮੁੜ ਕੇ ਮੁੰਡੇ ਨੂੰ ਅੰਦਰ ਕੁੜੀ ਸੀਗੀ, ਉਹਨੇ ਪੂਰਾ ਆਪਣਾ ਮੈਨਿਊ ਚਾਰਟ ਦੱਸਿਆ ਵੀ ਫਲਾਣੇ ਰੁਪਈਏ 'ਚ ਅਸੀਂ ਇਹ ਸਰਵਿਸਿਜ਼ ਦਿੰਦੇ ਹਾਂ, ਇੰਨੇ ਰੁਪਈਏ 'ਚ ਦਿੰਦੇ ਹਾਂ, ਇੰਨੇ ਰੁਪਈਏ 'ਚ ਅਸੀਂ ਆਹ ਸਰਵਿਸਿਜ਼ ਦਿੰਦੇ ਹਾਂ. ਉਹਦੀ ਸਾਡੇ ਕੋਲ ਬਕਾਇਦਾ ਪੂਰੀ ਰਿਕਾਰਡਿੰਗ ਹੈ, ਠੀਕ ਹੈ ਜੀ. ਉਸ ਤੋਂ ਬਾਅਦ ਜੇ ਅਸੀਂ ਉੱਪਰ ਆਏ ਤਾਂ 2-3 ਵਕੀਲ, ਅਤੇ ਸਾਨੂੰ ਉੱਪਰ ਅਸੀਂ ਇੱਕ ਮੁੰਡਾ ਫੜਿਆ ਜੀ, ਉਹਦੀ ਸਾਡੇ ਕੋਲ ਬਕਾਇਦਾ ਪੂਰੀ ਰਿਕਾਰਡਿੰਗ ਹੈ, ਜਿਹਦੇ 'ਤੇ ਉਹਨੇ ਪੂਰਾ ਪ੍ਰੋਪਰ ਦੱਸਿਆ ਕਿ ਉਹਨੇ ਕਿਸੇ ਯਾਰ ਦੋਸਤ ਦੇ ਸੁਣਨ 'ਤੇ ਅਤੇ ਇੱਥੇ ਆਇਆ ਸੀ ਕਿ ਵੀ ਇੱਥੇ ਦਿੱਤੀਆਂ ਜਾਂਦੀਆਂ ਨੇ. ਉਹ ਇੱਥੇ ਆਇਆ ਅਤੇ ਉਹਨੇ ਇੱਥੇ ਆ ਕੇ ਮਸਾਜ ਲਈ ਹੈ, ਪਰ ਉਹ ਸਾਨੂੰ ਦੇਖ ਕੇ ਮੁੱਕਰ ਗਿਆ. ਜਦੋਂ ਸੁਣਨ 'ਤੇ ਆਇਆ ਸੀ ਅਤੇ ਕੁੜੀ ਨੇ ਮੈਨੂੰ ਔਫਰ ਕੀਤੀ ਹੈ, ਉਹਦੀ ਬਕਾਇਦਾ ਸਾਡੇ ਕੋਲ ਪੂਰੀ ਵੀਡੀਓ ਸ਼ੂਟ ਹੈ. ਅਤੇ ਅੰਦਰ ਜਿੰਨੀਆਂ ਕੁੜੀਆਂ ਨੇ ਉਹਦੇ ਤੋਂ ਸਾਡੀ ਲੇਡੀਜ਼ ਐਡਵੋਕੇਟ ਬਿਆਨ ਲੈ ਰਹੀਆਂ ਨੇ, ਐਫੀਡੈਵਿਟ ਲੈ ਰਹੀਆਂ, ਉਹ ਸਾਰੀਆਂ ਇਹੀ ਕਲੇਮ ਕਰ ਰਹੀਆਂ ਸਾਨੂੰ ਇੱਥੇ ਜਬਰਨ ਰੱਖਿਆ ਗਿਆ, ਸਾਨੂੰ ਇੱਥੇ ਜ਼ਬਰਦਸਤੀ ਲਾ ਕੇ ਸਾਡੇ ਕੋਲ ਇਹ ਕੰਮ ਕਰਾਇਆ ਜਾਂਦਾ. ਅਸੀਂ ਜੀ ਪੁਲਿਸ ਨੂੰ ਕੰਪਲੇਂਟ ਪਹਿਲਾਂ 100 ਨੰਬਰ 'ਤੇ ਕੀਤੀ ਜੀ ਕੰਪਲੇਂਟ. ਉਹ ਕਹਿੰਦੇ ਜੀ ਭੇਜਦੇ ਹਾਂ, 112 'ਤੇ ਕੀਤੇ ਉਹ ਭੇਜਦੇ ਹਾਂ. 3 ਮੁਲਾਜ਼ਮ ਆਏ ਜੀ, ਉਹ PCR ਤੋਂ ਸੀ, ਪਤਾ ਨਹੀਂ ਆਈ ਡੋਂਟ ਨੋ ਕਿੱਥੋਂ ਸੀ, ਇੱਕ 2 ASI ਸੀ, ਇੱਕ ਹੈੱਡ ਕਾਂਸਟੇਬਲ ਸੀ. ਉਹਨਾਂ ਨੇ ਵੀਡੀਓ ਵੇਖੀ, 2 ਕੁ ਫੋਨ ਲਾਏ, ਉਹ ਕਹਿੰਦੇ ਸਾਡੀ ਜੁਰੀਡਿਕਸ਼ਨ 'ਚ ਨਹੀਂ ਹੈ ਜੀ, ਸਦਰ ਥਾਣਾ ਜੀ, ਤੁਸੀਂ ਮੁਨਸ਼ੀ ਦਾ ਨੰਬਰ ਲੈ ਲਓ, ਅਸੀਂ ਚੱਲੇ ਹਾਂ. ਉਹ ਮੁਨਸ਼ੀ ਦਾ ਨੰਬਰ ਦੇ ਗਏ ਗੁਰਮੇਲ ਜੀ ਦਾ ਜੀ. ਅਸੀਂ ਉਹਨਾਂ ਨੂੰ ਕੀਤਾ ਕਿ ਵੀ ਸਾਨੂੰ ਮੁਲਾਜ਼ਮ ਇੱਥੇ ਭੇਜਿਆ ਜਾਵੇ, ਕਿਉਂਕਿ ਸਾਡਾ ਵੀ ਟਾਈਮ ਖਰਾਬ ਹੋ ਰਿਹਾ, ਜਿੰਨੀ ਦੇਰ ਅਸੀਂ ਬੈਠੇ ਉੱਨੀ ਦੇਰ ਇੱਥੇ ਬੰਦੇ ਅੰਦਰ ਨੇ, ਜੇ ਅਸੀਂ ਥੱਲੇ ਆਪਣਾ ਕੰਮ ਕਰਨ ਚੱਲ ਗਏ ਇਹਨਾਂ ਨੇ ਸਾਰਿਆਂ ਨੇ ਦੌੜ ਜਾਣਾ. ਠੀਕ ਹੈ ਜੀ. ਉਸ ਗੱਲ ਨੂੰ 2 ਘੰਟੇ ਹੋ ਗਏ ਮੁਨਸ਼ੀ ਵੱਲੋਂ ਵੀ, ਮੁਨਸ਼ੀ ਕਹਿੰਦਾ ਮੁਲਾਜ਼ਮ ਆ ਰਿਹਾ ਜੀ, ਕੋਈ ਮੁਲਾਜ਼ਮ ਹੁਣ ਤੱਕ ਇੱਥੇ ਆਇਆ ਨਹੀਂ. ਕਿੰਨੀ ਦੇਰ ਹੋ ਗਈ ਜੀ ਫੋਨ ਕਰਿਆ ਮੁਨਸ਼ੀ ਨੂੰ? ਕਰੇ ਨੂੰ ਵੀ ਪ੍ਰੋਪਰ ਆਪਾਂ ਨੂੰ 45 ਮਿੰਟ ਹੋ ਗਿਆ ਜੀ. ਠੀਕ ਹੈ ਜੀ. ਉਸ ਤੋਂ ਬਾਅਦ ਉਹਨੂੰ ਤੁਹਾਡੀ ਕਿਸੇ ਨਾਲ ਗੱਲ ਹੋਈ? ਉਸ ਤੋਂ ਬਾਅਦ ਮੇਰੀ SHO ਸਾਹਿਬ ਨਾਲ ਗੱਲ ਹੋਈ ਹੈ ਜੀ, ਅਮਰਿੰਦਰ ਸਿੰਘ ਨਾਲ ਜੀ. ਉਹਨਾਂ ਨੂੰ ਹੋ ਗਏ ਮੇਰੀ ਗੱਲ ਕੀਤੇ 10 ਤੋਂ 15 ਮਿੰਟ ਅਪਰੋਕਸੀਮੇਟਲੀ. ਉਹ ਕਹਿੰਦੇ ਅਸੀਂ ਭੇਜਦੇ ਪਏ ਜੀ.